ਬਲਾਤਕਾਰ ਕੇਸ ਦੇ ਵਿੱਚ ਦੋਸ਼ੀ ਪਾਏ ਗਏ ਤੇ ਪੰਥ ਤੋਂ ਛੇਕੇ ਗਏ ਸੋਚਾ ਸਿੰਘ ਲੰਗਾਹ ਦੇ ਵੱਲੋਂ ਮੁੜ ਪੰਥ ਵਿੱਚ ਸ਼ਾਮਲ ਹੋਣ ਲਈ ਬੀਤੇ ਲੰਮੇ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਾਜ਼ਰੀਆਂ ਭਰਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖ ਕੇ ਕਈ ਵਾਰ ਇਸ ਸੰਬੰਧੀ ਬੇਨਤੀ ਕੀਤੀ ਗਈ ਹੈ, ਪਰ ਉਹਨਾਂ ਦੇ ਵੱਲੋਂ ਕੋਈ ਜਵਾਬ ਨਾ ਮਿਲਣ ਤੇ ਅੱਜ ਫਿਰ ਤੋਂ ਸੋਚਾ ਸਿੰਘ ਲੰਗਾਹ ਦੇ ਵੱਲੋਂ ਨੰਗੇ ਪੈਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਵਿੱਚ ਪੇਸ਼ ਹੋ ਕੇ ਆਪਣੇ ਬਜ਼ੁਰਗ ਮਾਂ ਬਾਪ ਦਾ ਵਾਸਤਾ ਦਿੰਦਿਆਂ ਪੰਥ ਵਿੱਚ ਮੁੜ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਸੰਬੰਧੀ ਗੱਲਬਾਤ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਾਡੇ ਇਕੱਲਿਆਂ ਦਾ ਮਾਮਲਾ ਨਹੀਂ ਹੈ, ਇਸ ਨੂੰ ਪੰਜ ਸਿੰਘ ਸਾਹਿਬਾਂ ਦੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ। ਅਕਾਲ ਤਖ਼ਤ ਕੌਮ ਲਈ ਇੱਕ ਮਹਾਨ ਤਖ਼ਤ ਹੈ। ਜਦੋਂ ਵੀ ਕੋਈ ਕਿਸੇ ਕੋਲੋਂ ਗਲਤੀ ਹੋ ਜਾਂਦੀ ਹੈ, ਭੁੱਲ ਹੋ ਜਾਂਦੀ ਹੈ, ਅਕਾਲ ਤਖ਼ਤ ਉਹਨੂੰ ਛੇਕ ਦਿੰਦਾ ਅਤੇ ਜਿਹੜਾ ਅਕਾਲ ਤਖ਼ਤ ਦੀ ਮੁੜ ਕੇ ਸ਼ਰਨ ਆ ਜਾਂਦਾ ਵਾ। ਅੱਜ ਤੱਕ ਦੇ ਇਤਿਹਾਸ ਵਿੱਚ ਗੁਰੂ ਸਾਹਿਬ ਨੇ ਉਹਨੂੰ ਆਪਣੇ ਕੰਠ ਲਾਇਆ ਵਾ। ਕੌਮੀ ਗਲਤੀ ਹੋਈ ਸੀਗੀ ਬੂਟਾ ਸਿੰਘ ਕੋਲ, ਉਹ ਵੀ ਜਦੋਂ ਅਕਾਲ ਤਖ਼ਤ 'ਤੇ ਆਇਆ ਅਤੇ ਉਹਨੂੰ ਗੁਰੂ ਮਹਾਰਾਜ ਨੇ ਆਪਣੇ ਕੰਠ ਲਾਇਆ। ਇਸ ਤਖ਼ਤ ਦੇ ਉੱਤੇ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ, ਜਿਹੜੀ ਬਹੁਤ ਮਹਾਨ ਸ਼ਖਸੀਅਤ ਨੇ ਸਿੱਖ ਕੌਮ ਲਈ, ਰੱਬ ਤੋਂ ਬਾਅਦ ਇਹਨਾਂ ਦਾ ਦੂਜਾ ਦਰਜਾ ਵਾ। ਇਹਨਾਂ ਉੱਤੇ ਕੋਈ ਕਿਸੇ ਦਾ ਦਬਾਅ ਰਾਜਨੀਤਿਕ ਨਹੀਂ ਪਾਇਆ ਜਾ ਸਕਦਾ। ਐਸੀ ਮਹਾਨ ਸ਼ਖਸੀਅਤ ਨੇ ਪਿੱਛੇ ਮੰਜੀ ਸਾਹਿਬ ਦੇ ਪਵਿੱਤਰ ਸਥਾਨ 'ਤੇ ਆਪਣੀ ਕਥਾ ਵਿੱਚ ਬੜੇ ਜ਼ੋਰ ਨਾਲ ਦੋ ਤਿੰਨ ਵਾਰ ਕਿਹਾ ਵਾ ਕਿ ਜਿਹੜਾ ਭੁੱਲ ਜਾਂਦਾ ਵਾ, ਜਦੋਂ ਹਰਗੋਬਿੰਦ ਪਾਤਸ਼ਾਹ ਦੇ ਸਰਨ ਆ ਜਾਂਦਾ ਵਾ ਅਤੇ ਗੁਰੂ ਮਹਾਰਾਜ ਉਹਨੂੰ ਆਪਣੇ ਕੰਠ ਲਾਉਂਦਾ ਵਾ, ਉਹਨੂੰ ਬਖਸ਼ਿਆ ਜਾਂਦਾ। ਮੈਂ ਪਿਛਲੇ 71-72 ਦਿਨਾਂ ਤੋਂ ਲਗਾਤਾਰ ਨੰਗੀ ਪੈਰੀਂ ਆ ਕੇ ਅਤੇ ਨਤਮਸਤਕ ਹੋ ਰਿਹਾ ਵਾਂ, ਗੁਰੂ ਮਹਾਰਾਜ ਦੇ ਚਰਨ ਫੜੇ ਨੇ, ਪਾਠ ਕਰੀਦਾ ਵਾ, ਅਰਦਾਸ ਕਰਕੇ ਅਤੇ ਵਾਪਸ ਚਲਿਆ ਜਾਈਦਾ। ਮੈਂ ਨਿਮਰਤਾ ਸਹਿਤ ਬੇਨਤੀ ਕਰਨਾ ਅਕਾਲ ਤਖ਼ਤ ਸਾਹਿਬ ਨੂੰ ਕਿ ਮੇਰੇ ਬਜ਼ੁਰਗ ਮਾਂ ਬਾਪ 90-90 ਸਾਲ ਦੀ ਉਮਰ ਦੇ ਨੇ, ਕੋਈ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਉਹਨਾਂ ਨੇ ਵੀ ਤੁਹਾਨੂੰ ਬੇਨਤੀ ਕੀਤੀ ਹੈ। ਮੇਰੇ ਬੱਚੇ ਜਿਹੜੇ ਨੇ ਉਹ ਵਿਆਹੁਣ ਦੇ ਯੋਗ ਨੇ, ਉਹ ਵੀ ਮੇਰੇ 'ਤੇ ਜ਼ਿੰਮੇਵਾਰੀ ਹੈ। ਮੇਰੀ ਆਪਣੀ ਸਿਹਤ ਦਾ ਵੀ ਕੋਈ ਭਰੋਸਾ ਨਹੀਂ ਅਤੇ ਮੈਂ ਨਿਮਰਤਾ ਸਹਿਤ ਬੇਨਤੀ ਕਰਨਾ ਕਿ ਮੈਨੂੰ ਪੰਥ ਵਿੱਚ ਸ਼ਾਮਲ ਕਰ ਲਿਆ ਜਾਵੇ। ਮੇਰਾ ਇਹ ਤਰਲਾ, ਮੇਰੀ ਇਹ ਮਿਹਨਤ, ਮੇਰੀ ਇਹ ਅਰਦਾਸ, ਮੇਰੀ ਇਹ ਜੋਗੜੀ ਹੈ ਸਿੰਘ ਸਾਹਿਬ ਅੱਗੇ, ਜਿਹਦੇ ਉੱਤੇ ਕੋਈ ਸਿਆਸੀ ਦਬਾਅ ਨਹੀਂ ਪਾਇਆ ਜਾ ਸਕਦਾ, ਨਾ ਅੱਜ ਤੱਕ ਮੈਂ ਸਮੇਂ ਨਾਲ ਕੋਈ ਪਾ ਸਕਿਆ, ਨਾ ਕੋਈ ਗਾਂਹ ਪਾਏਗਾ। ਮੈਂ ਉਹਨਾਂ ਦੇ ਫਿਰ ਚਰਨਾਂ ਵਿੱਚ ਬੇਨਤੀ ਕਰਨਾ ਕਿ ਮੈਨੂੰ ਪੰਥ ਵਿੱਚ ਸ਼ਾਮਲ ਕਰ। ਸੁੱਚਾ ਸਿੰਘ ਲੰਗਾਹ ਨੂੰ ਪੰਥ 'ਚੋਂ ਛੇਕਿਆ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ। ਪੰਥ 'ਚੋਂ ਛੇਕਣ ਦਾ ਮਤਲਬ ਆ ਕਿ ਪੰਥ 'ਚੋਂ ਛੇਕੇ ਹੋਏ ਸਿੱਖ ਦੇ ਨਾਲ ਕੋਈ ਵੀ ਮਿਲਵਰਤਨ ਨਾ ਰੱਖੇ। ਆ ਜਿਹੜੀ ਫੌਜ ਤੁਸੀਂ ਰੋਜ਼ਾਨਾ ਲੈ ਕੇ ਆ ਰਹੇ ਹੋ 71-72 ਦਿਨਾਂ ਤੋਂ, ਇਹ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕੀ ਹੋਈ ਮੰਨੀ ਜਾ ਸਕਦੀ ਹੈ ਜੀ? ਸਾਧ ਸੰਗਤ ਨੂੰ ਮੈਂ ਰੋਕ ਨਹੀਂ ਸਕਦਾ, ਸਾਧ ਸੰਗਤ ਤੇ ਗੁਰੂ ਦਾ ਰੂਪ ਹੈ। ਕੀ ਸੁੱਚਾ ਸਿੰਘ ਲੰਗਾਹ ਇਕੱਲਾ ਆ ਰਿਹਾ ਕਿ ਇਹਨਾਂ ਨੂੰ ਨਾਲ ਲੈ ਕੇ ਆ ਰਿਹਾ ਜੀ? ਮੈਂ ਆ ਰਿਹਾ, ਮੈਨੂੰ ਆਉਂਦੇ ਨੂੰ ਤੂੰ ਵੇਖਿਆ, ਮੈਂ ਇਕੱਲਾ ਹੀ ਆਉਣਾ ਵਾ। ਅੱਗੋਂ ਸਾਧ ਸੰਗਤ ਜਿਹੜੀ ਆ ਉਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠੀ ਹੁੰਦੀ ਹੈ। ਕੋਈ ਲਿਖਤੀ ਤੌਰ ਦੇ ਉੱਤੇ ਜਥੇਦਾਰ ਸਾਹਿਬ ਨੂੰ ਦਿੱਤੀ ਹੈ? ਹਾਂਜੀ, ਦਿੱਤੀ ਹੈ। ਮੇਰੇ ਮਾਤਾ ਪਿਤਾ ਨੇ ਵੀ ਦਿੱਤੀ ਹੈ, ਮੈਂ ਵੀ ਦਿੱਤੀ। ਲੰਗਾਹ ਸਾਹਿਬ, ਜਦੋਂ ਵੀ ਤੁਸੀਂ ਐਪਲੀਕੇਸ਼ਨ ਦਿੰਦੇ ਹੋ ਮੁਆਫੀ ਵਾਸਤੇ ਤੇ ਕੁਝ ਜਥੇਬੰਦੀਆਂ ਜਾਂ ਪੰਚਾਇਤਾਂ ਜਿਹੜੀਆਂ ਤੁਹਾਡੇ ਵਿਰੋਧ 'ਚ ਇੱਥੇ ਆਏ ਨੇ, ਉਹ ਟੈਲੀ ਮੈਡੀ ਯੂਜ਼ ਕਰਨ? ਮੈਂ ਬਹੁਤ ਲੰਬਾ ਸਮਾਂ ਰਾਜਨੀਤੀ ਵਿੱਚ ਰਿਹਾ ਵਾਂ, ਕੋਈ ਰਾਜਨੀਤਿਕ ਵਿਰੋਧੀ ਬਣੀ ਜਾਂਦੇ ਨੇ। ਮੇਰੇ ਜ਼ਿਲ੍ਹੇ ਦੇ ਵਿੱਚੋਂ ਹੀ ਕੋਈ ਨਾ ਕੋਈ ਇੱਕ ਦੋ ਬੰਦੇ ਆਏ ਨੇ ਪਿਛਲੇ 71-72 ਦਿਨਾਂ ਤੋਂ, ਉਹ ਵੀ ਉਹਨਾਂ 'ਚੋਂ ਵੀ ਕੋਈ ਨਹੀਂ ਆਇਆ। ਮੈਂ ਗਲਤੀ ਕੀਤੀ ਤਾਂ ਗੁਰੂ ਦੇ ਚਰਨਾਂ 'ਚ ਆਏ। ਜਿਸ ਤਰ੍ਹਾਂ ਅਦਾਲਤ 'ਚ ਤੁਹਾਨੂੰ ਮੈਂ ਸਮਝਣਾ ਕਿ ਜੇ ਕੱਲ੍ਹ ਤੱਕ ਤੂੰ ਮੈਨੂੰ ਛੇਕਿਆ, ਅਣਜਾਣੇ ਅਣਜਾਣੇ ਕੋਈ ਵੀ ਗਲਤੀ ਹੋਈ ਹੈ, ਮੈਂ ਉਹਨੂੰ ਮੰਨਣ ਨੂੰ ਤਿਆਰ ਹਾਂ। ਨਹੀਂ, ਜਾਣੇ ਅਣਜਾਣੇ ਹੋਈ ਹੈ ਕਿ ਬਾਕੀ? ਮੈਂ ਸਮਝਣਾ ਕਿ
ਮੈਂ ਜਿਹੜਾ ਅਕਾਲ ਤਖ਼ਤ ਤੇ ਆਉਣਾ ਵਾ ਆਪਣੀ ਭੁੱਲ ਬਖਸਾਉਣ ਲਈ ਆ ਰਿਹਾ ਨਾ ਤਾਂ ਗਲਤੀ ਮੰਨਦੇ ਹੋਣਾ ਜੀ ਆਪਣੀ ਜਿਹੜੀ ਵੀ ਲਾਉਣਗੇ ਮੈਂ ਉਹ ਸਿਰ ਖਿੜੇ ਮੱਥੇ ਪ੍ਰਵਾਨ ਕਰਾਂਗਾ ਮੈਂ ਸਮਝਦਾ ਸੀ ਕਿ ਅੱਜ ਦਾ ਦਿਨ ਜਿਹੜਾ ਇਸ ਕਰਕੇ ਕਿ ਕਾਫੀ ਲੰਬਾ ਸਮਾਂ ਹੋ ਗਿਆ ਤੇ ਮੈਂ ਤੁਹਾਡੇ ਰਾਹੀਂ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਆਪਣੀ ਪਹੁੰਚਾਉਣੀ ਚਾਹੁੰਦਾ ਵਾਂ ਕਿ ਮੈਂ ਸਾਰੀ ਸੰਗਤ ਦਾ ਤਰਲਾ ਮਾਰਨਾ ਕਿ ਮੈਨੂੰ ਪੰਥ ਵਿੱਚ ਸ਼ਾਮਲ ਕਰਵਾਉਣ ਲਈ ਅਰਦਾਸ ਕਰਾਂ ਤੁਸੀਂ ਹਲੇ ਆਉਣਾ ਜਾਰੀ ਰੱਖੋਗੇ ਹਾਂਜੀ ਬੜੀ ਹੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਮੇਰੀ ਪੀੜ੍ਹੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਔਰ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬਹੁਤ 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 ਮੁਬਾਰਕਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਇਹ ਪਾਵਨ ਪਵਿੱਤਰ ਦਿਹਾੜਾ ਸਮਰ ਵੇਲੇ ਬੜੀ ਸ਼ਰਧਾ ਉਤਸ਼ਾਹ ਸਹਿਤ ਮਨਾਇਆ ਗਿਆ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਦੀ ਸਮਾਪਤੀ ਹੋਈ ਪ੍ਰੰਤ ਦੀਵਾਨ ਸਜ ਜਿੱਥੇ ਅੱਜ ਮੇਰੀ ਪੀੜ੍ਹੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਉੱਥੇ ਅੱਜ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸ਼ਹੀਦੀ ਪੁਰਬ ਹੈ ਔਰ ਇਸ ਸ਼ਹੀਦੀ ਪੁਰਬ ਨੂੰ ਵੀ ਸ੍ਰੀ ਦਰਬਾਰ ਸਾਹਿਬ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਗਿਆ ਸਿੱਖ ਧਰਮ ਦੇ ਵਿੱਚ ਖੁਸ਼ੀ ਗਮੀ ਦੁੱਖ ਸੁੱਖ ਮਾਨ ਅਪਮਾਨ ਇਸ ਤੋਂ ਉੱਪਰ ਉੱਠ ਕੇ ਸਿੱਖ ਨੂੰ ਜ਼ਿੰਦਗੀ ਬਤੀਤ ਕਰਨ ਦਾ ਉਪਦੇਸ਼ ਦਿੱਤਾ ਹੈ ਇੱਥੇ ਧਰਮ ਅਤੇ ਰਾਜਨੀਤੀ ਦਾ ਸੁਮੇਲ ਹੈ ਸੰਤ ਅਤੇ ਸ਼ਾਹਪਾਹੀ ਦਾ ਸੁਮੇਲ ਹੈ ਮੀਰੀ ਅਤੇ ਪੀਰੀ ਦਾ ਸੁਮੇਲ ਹੈ ਇਸ ਕਰਕੇ ਜਿੱਥੇ ਅੱਜ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਸ਼ਰਧਾ ਉਤਸ਼ਾਹ ਸਹਿਤ ਉੱਥੇ ਅਸੀਂ ਉਨੇ ਹੁਲਾਸੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਪੁਰਬ ਵੀ ਮਨਾਇਆ ਬਾਬਾ ਬੰਦਾ ਸਿੰਘ ਬਹਾਦਰ ਉਹ ਮਹਾਨ ਯੋਧੇ ਜਰਨੈਲ ਜਿਨ੍ਹਾਂ ਨੇ ਸਿੱਖ ਰਾਜ ਦੀ ਨਿਉਂ ਰੱਖੀ ਔਰ ਜਿਨ੍ਹਾਂ ਨੂੰ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਹੋਣ ਦਾ ਮਾਣ ਪ੍ਰਾਪਤ ਹੈ ਉਹਨਾਂ ਦੀ ਸ਼ਹਾਦਤ ਬੜੀ ਲਾਸਾਨੀ ਅਦੁੱਤੀ ਸ਼ਹਾਦਤ ਹੈ ਉਹਨਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਦੇ 700 ਦੇ ਕਰੀਬ ਸਾਥੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ 3 ਸਾਲ ਦੇ ਪੁੱਤਰ ਬਾਬਾ ਅਜੇ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸਾਨੂੰ ਇਹਨਾਂ ਸ਼ਹੀਦੀਆਂ ਦੇ ਉੱਤੇ ਮਾਣ ਹੈ ਫਕਰ ਹੈ ਇਹੋ ਕਾਰਨ ਹੈ ਕਿ ਅਸੀਂ ਇਹ ਸ਼ਹੀਦੀ ਪੁਰਬ ਜਿਹੜੇ ਹੈ ਉਹ ਸ਼ਰਧਾ ਉਤਸ਼ਾਹ ਸਾਹਿਬ ਮਾਣ ਨੇ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੇ ਇੱਕ ਵਾਰੀ ਫਿਰ ਮੈਂ ਅੱਜ ਦੀ ਦੁਨੀਆ ਦੇ ਵਾਲੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਵੀ ਸਿੱਖ ਸੰਗਤਾਂ ਨੂੰ ਵਧਾਈ ਦਿੰਦਾ ਔਰ ਨਾਲ ਇਹ ਵੀ ਅਪੀਲ ਕਰਦਾ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਵੀ ਯਾਦ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਖੋ ਇਹ ਜਿਹੜਾ ਮਾਮਲਾ ਹੈ ਇਹ ਮੇਰੇ ਇਕੱਲੇ ਦੇ ਜਿਹੜਾ ਹੈਗਾ ਵਿਚਾਰਨ ਵਾਲਾ ਨਹੀਂ ਪੰਥ ਸਿੰਘ ਸਭਾਨ ਦੀ ਹੀ ਮੀਟਿੰਗ ਦੇ ਵਿੱਚ ਇਹ ਵਿਚਾਰੇ ਦਾ ਨਾਲ ਮਾਮਲਾ ਹੈ ਅਤੇ ਜਦੋਂ ਮੀਟਿੰਗ ਹੋਊਗੀ ਉਦੋਂ ਅਜੇ ਫਿਲਹਾਲ ਕੋਈ ਸਾਡੇ ਵਿਚਾਰ ਨਹੀਂ ਅਵਾਜੀ ਕੌਮ ਟੀਵੀ ਦੀ ਅੰਮ੍ਰਿਤਸਰ ਤੋਂ ਪੱਤਰਕਾਰ ਲਾਲੇ ਸ਼ਰਮਾ ਦੀ ਰਿਪੋਰਟ।